song yiydi sen. ਸ਼ੁਰੂ ਨਾ ਨਹੀਂ ਹੁੰਦਾ ਲੈ ਕੀ ਹੋ ਗਿਆ ਅੱਗੇ ਤਾਂ ਤੁਸੀਂ ਕਦੇ ਇੰਨੀ ਜਲਦੀ ਸੌਂਦੇ ਨਹੀਂ ਅੱਜ ਕਿਵੇਂ ਸੌ ਗਏ ਥੱਕ ਗਏ ਨਾ ਥੱਕ ਕਾਦੇ ਨਾ ਗਏ ਬਸ ਕੁਝ ਨਹੀਂ ਕਿਹੜਾ ਰਿਹਾ ਹੋਵੇ ਤਾਂ ਜਗਤਾਰ ਲੱਗਦਾ ਮੈਨੂੰ ਕਿਵੇਂ ਆਇਆ ਹੈ ਕੌੜੀ ਸਤਿ ਸ਼੍ਰੀ ਅਕਾਲ ਮਾਸਟਰ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਆ ਬੇਟਾ ਹਾਂਜੀ ਠੀਕ ਹੈ ਜੀ ਕਿੱਧਰ ਫਿਰਦੇ ਜੀ ਆ ਡਾਕੀਏ ਨੇ ਚਿੱਠੀ ਦਿੱਤੀ ਸੀ ਤੁਹਾਡੀ ਕੀ ਹੋਰ ਤੇਰੀ ਪੜ੍ਹਾਈ ਕਿਵੇਂ ਚੱਲਦੀ ਆ ਵਧੀਆ ਚੱਲਦੀ ਹੈ ਜੀ ਅੱਛਾ ਹੋਰ ਚਾਹ ਪਾਣੀ ਦੱਸ ਬੇਟਾ ਬਸ ਜੀ ਮੈਂ ਜਾਣਾ ਜੀ ਠੀਕ ਆ ਹਾਂਜੀ ਠੀਕ ਹੈ ਸਤਿ ਸ਼੍ਰੀ ਅਕਾਲ ਠੀਕ ਆ ਤੁਹਾਡੀ ਭੈਣ ਬਦਲੀ ਹੋ ਗਈ ਕੋਈ ਤਾਂ ਵਧੀਆ ਸਮ ਕਦੀ ਨਾਨਕੀ ਹੋ ਗਈ ਨਾਲੇ ਮਾਮੇ ਲਵੇ ਰਹਿ ਜਾਂਗੇ ਚਾਰ ਦਿਨ ਉਹ ਵੀ ਬੁਲਾਉਂਦੇ ਨੇ ਆਪਾਂ ਤੋਂ ਜਾਇਆ ਨਹੀਂ ਜਾਂਦਾ ਹੈਗਾ ਚਾਰ ਦਿਨ ਲਾ ਲਾਂਗੇ ਉੱਥੇ ਚੱਲੇ ਤਾਂ ਵਧੀਆ ਹੋ ਗਿਆ ਕੱਪੜਾ ਲੀੜਾ ਤਿਆਰ ਕਰਦੇ ਹਾਂ ਪਤਾ ਕਰਕੇ ਪੈਕ ਚਲੋ ਚੱਲੀਏ ਫਿਰ ਆਪਾਂ ਤਾਂ ਚੱਲ ਵਧੀਆ ਹੋ ਗਿਆ ਮਾਮੇ ਨੂੰ ਫੋਨ ਕਰ ਦਾਂਗੇ ਆਪਾਂ ਹੁਣ ਉਹ ਲਿਆ ਦੇ ਚਾਹ ਪਹਿਲਾਂ ਮੇਰੇ ਸਾਲੇ ਦੀ ਸੁਨੇਹਾ ਉੱਠਦੀ ਨਹੀਂ ਹੈਗੀ ਹੁਣ ਪਤਾ ਨਹੀਂ ਕਿੱਧਰ ਫਿਰੀ ਜਾਂਦੀ ਹੈਗੀ ਉੱਧਰ ਸਪਰੇ ਹੋਏ ਡੀਕੀ ਜਾਂਦੇ ਨੇਗੇ ਉਹ ਸੁਣਦਾ ਨਹੀਂ ਤੈਨੂੰ ਲਿਓ ਨਹੀਂ ਆ ਹੁਣ ਰਿੱਜ ਤਾਂ ਲੈਣ ਦੋ ਫੇਰ ਕਹੋਗੇ ਕੱਚੀ ਮੱਥੇ ਮਾਰਤੀ ਤੁਸੀਂ ਕਿਹੜਾ ਕਿਸੇ ਪਾਸੇ ਮਾਣੋ ਤਿੰਨ ਘੰਟੇ ਹੋ ਗਏ ਇੰਨੇ ਟਾਈਮ ਲਾਉਂਦਾ ਯਾਰ ਚਾਹ ਤੇ ਲੈ ਹੁਣ ਜੇ ਰਿੱਜੂਗੀ ਫੇਰ ਹੀ ਲੈ ਕੇ ਆਉਂਗੀ ਉਹੀ ਸਾਰਾ ਲੜਨ ਤੱਕ ਧਿਆਣਾ ਕਰੇ ਪਿਆਰ ਨਾਲ ਵੀ ਬੋਲ ਲਿਆ ਕਰੋ ਪਿਆਰ ਨਾਲ ਤਾਂ ਤਾਂ ਬੋਲੇ ਸਿੱਧੀ ਕੰਮ ਨਾ ਮੇੜੇ ਇੰਨਾ ਟਾਈਮ ਹੋ ਗਿਆ ਤੈਨੂੰ ਲੈ ਤੁਸੀਂ ਜਾ ਪੇ ਕੇ ਉਹਦਾ ਖੇਤ ਜਾਓ ਮੇਰੇ ਕੰਮਾਂ ਤੋਂ ਤੁਸੀਂ ਕੀ ਲੈਣਾ ਮੇਰੇ ਸਾਈ ਦੇ ਦਿਲਾਂ ਮਿੱਠਾ ਓਏ ਤੇ ਮਿੱਠਾ ਹੋਰ ਫੂਕਦੀ ਫੂਕਦੀ ਕੀ ਆ ਪਤਾ ਨਹੀਂ ਇੰਨਾ ਕਿੰਨਾ ਕੁ ਮਿੱਠਾ ਪੀਨੇ ਹੋ ਤੁਸੀਂ ਮੇਰੇ ਸਾਈ ਵੀ ਫੂਕ ਨੂੰ ਜਾਂਦੀ ਹੈਗੀ ਪਰ ਲੈ ਆ ਹੁਣ ਤਾਂ ਮੈਂ ਚਾਹ ਵੀ ਪੀ ਲਈ ਹੁਣ ਉਹ ਕਰੂਗਾ ਵੀ ਵਾਰੀ ਆਊਗੀ ਚਾਹ ਨੂੰ ਫੇਰੀ ਪਾਉਂਗੀ ਵਾਰੀ ਹੁਣ ਤੁਹਾਨੂੰ ਦੇ ਵਾਲੇ ਨੂੰ ਕਾਲੇ ਕਰਦੀ ਜੀ ਮੇਰੇ ਲੈ ਆਈ ਪਾ ਦਿੰਦੀ ਆ ਮੈਂ ਤਾਂ ਆਪੇ ਕਰੀ ਜਾਏ ਉੱਥੇ ਲੈ ਲੈ ਆਈ ਕੁਰ ਵੀ ਜਾਂਦੇ ਜਾਂਦੇ ਤਾਂ ਹੱਲ ਲੱਗ ਗਏ ਆ ਲੋ ਫੜੋ ਮੈਨੂੰ ਨਾ ਕੀ ਹੋ ਜੇ ਹੁਣ ਫਿਰ ਦੁਬਾਰੇ ਮਿੱਠਾ ਘੱਟ ਇੰਨਾ ਟਾਈਮ ਦਾ ਪੈਂਦੀ ਬੁੜੀਆ ਖੋਆ ਕੱਢਣ ਨੂੰ ਨਹੀਂ ਲਾਉਂਦੇ ਜਿੰਨਾ ਦਾ ਚਾਹ ਨੂੰ ਲਾਤਾ ਹੁਣ ਜੇ ਦੁਬਾਰੇ ਮਿੱਠਾ ਪਾਵਾਂਗੇ ਵਾਲੀ ਵੀ ਤਾਂ ਦਵਾਉਣੀ ਹੁੰਦੀ ਆ ਉਧਰ ਪੈਂਦੀ ਸਪਰੇ ਵਾਲੇ ਡੀਕੀ ਜਾਂਦੇ ਨੇਗੇ ਪਰ ਉਹ ਮੈਨੂੰ ਡੀਕਦੇ ਨੇ ਹੁਣ ਆ ਜਾਓ ਬਾਹਰ ਲਾ ਲਈ ਲਾ ਲੈਣੀ ਆ ਨਾ ਰੋਸ ਦੇਹਾਂ ਠਾ ਦਿੰਦੇ ਉਹ ਤਾਂ ਫਿਰ ਇਹਨੇ ਗੇੜੇ ਕੱਢਦੇ ਇੱਧਰ ਉੱਧਰ ਲੋਕਾਂ ਦੇ ਬੜੇ 4 ਵਜੇ ਉੱਠ ਕੱਢਦੇ ਨੇ ਆਹ ਖਰਾਬ ਨਾ ਕਰ ਦਿਓ ਮਿੱਟੀ ਉਹ ਕਿਧਰੇ ਨਹੀਂ ਹੁੰਦੀ ਮਿੱਟੀ ਖਰਾਬ ਤੇਰੀ ਬਥੇਰੀ ਔਖੀ ਲਾਈ ਆ ਇਹ ਲਾਈ ਔਖਿਆ ਲਾ ਲਾ ਗੇਟ ਆ ਯਾਰ ਸਰਕਾਰੀ ਲੱਗ ਗਿਆ ਹੋਰ ਸਰਕਾਰੀ ਲੱਗ ਗਏ ਆ ਹੁਣ ਘਰੇ ਦੇ ਮਾਨੇ ਪੱਕੇ ਜਿਹੇ ਉਹਨਾਂ ਚ ਹੋ ਗਿਆ ਹਾਂ ਉਹਨਾਂ ਚ ਹੋਇਆ ਹੁਣ ਤਾਂ ਕਣ ਹੁੰਦਾ ਦੀ ਵਧਾਈਆਂ ਭਾਈ ਤੈਨੂੰ ਰੱਬ ਸਾਹਿਬ ਨੂੰ ਵਧਾਵੇ ਮਾਮੀ ਚੱਲ ਪਾਰਟੀ ਹੋ ਗਈ ਭਾਈ ਫਿਰ ਤਾਂ ਪਾਰਟੀ ਪੱਕੀ ਮਾਮੀ ਮੈਂ ਸੋਚਿਆ 4-5 ਦਿਨ ਮਾਮੇ ਲਵੇ ਲਾਇਆ ਮਾ ਫਿਰ ਮੈਂ ਕੋਈ ਰੂਮ ਦੇਖ ਲੂੰਗਾ ਕਿਰਾਏ ਤੇ ਉਹ ਲੈ ਤੈਨੂੰ ਰੂਮ ਦੇਖਣ ਦੀ ਕੀ ਲੋੜ ਆ ਤੇਰਾ ਆਪਦਾ ਘਰ ਆ 4-5 ਦਿਨ ਕਿ ਤੂੰ 4-5 ਸਾਲ ਰਹਿ ਚ ਇਹ ਚੱਲ ਕੋਈ ਨਾ ਮਾਮੇ ਫਿਰ ਮੈਂ ਉਰੇ ਦੇਖ ਲੂੰਗਾ ਹਾਂ ਤੂੰ ਐ ਕਰ ਨਾਲੇ ਤੈਨੂੰ ਖਵਾ ਰੋਟੀ ਰੋਟੀ ਪਿਆ ਚਾ ਮੈਂ ਜਾਣਾ ਖੇਤ ਨੇ ਮੈਂ ਸਪਰੇਜ ਵਾਲੇ ਲਾ ਰਕੇ ਦੇਖੀ ਠੀਕ ਆ ਮਾਮੇ ਠੀਕ ਆ ਚੱਲ ਆਇਆ ਭਾਈ ਤੈਨੂੰ ਮੈਂ ਚਾਹ ਪਾਣੀ ਕਰਦਾ ਬਾਗ ਜੋ ਹੁਣ ਤੁਸੀਂ ਛੇਤੀ ਉਹ ਜਾਨਾ ਉਹ ਮੜਾ ਜਿਹਾ ਰਿਸ਼ਤੇਦਾਰ ਹੀ ਖੜਨਾ ਪੈਂਦਾ ਹੈਗਾ ਫਿਰ ਕੋਈ ਨਾ ਬਾਗ ਜੋ ਮਾਮਾ ਖੜਿਆ ਨਹੀਂਗਾ ਚੱਲ ਮੈਂ ਹੱਥ ਨੇ ਫਿਰ ਆਪਾਂ ਹੈ ਕੋਈ ਨਾ ਉਰੀ ਆ ਹੁਣ ਆਰੇ ਪੁੱਤ ਤੈਨੂੰ ਚਾਹ ਪਾਣੀ ਕਰਕੇ ਪਿਆਮਾ ਹੋਰ ਮੰਮੀ ਹੁਣੇ ਠੀਕ ਸੀ ਹਾਂ ਠੀਕ ਠਾਕ ਮੰਮੀ ਮੰਮੀ ਲਿਪਣ ਲੱਗ ਰਹੇ ਤੇਗੇ ਹੋਰ ਲਿਪਣ ਲੱਗ ਰਹੀ ਸੀ ਬਾਲੇ ਹੀ ਨਾ ਪੱਟਿਆ ਜਿਹਾ ਪਿਆ ਸੀਗਾ ਮੈਂ ਕਿਹਾ ਚੱਲ ਲਿਪਲਾ ਚੱਲ ਵਧੀਆ ਕਰਿਆ ਲੈ ਬੈਠ ਤੂੰ ਮੈਂ ਤੇਰੇ ਵਾਸਤੇ ਪਾਣੀ ਲੈ ਕੇ ਆਉਣੀ ਆ
ਮੁੰਡਾ ਸਰਕਾਰੀ ਨੌਕਰੀ ਲੱਗ ਗਿਆ ਹੋਵੇ ਓਹਦੇ ਕੋਲ ਪੈਸੇ ਨਾ ਹੋਣ ਹਲੇ ਕੱਲੀ ਸਰਕਾਰੀ ਨੌਕਰੀ ਆ ਪੈਸੇ ਪੂਸੇ ਕਿੱਥੇ ਨੇ ਹਲੇ ਹਲ ਤਾਂ ਹੁਣੇ ਲੱਗੇ ਆ ਭਗਵੰਤ ਮਾਨ ਦੀ ਕਿਰਪਾ ਹੋ ਗਈ ਫਿਰ ਕੋਈ ਸਹੇਲੀ ਸੁਹਲੀ ਨਹੀਂ ਬਣਾਈ ਸਹੇਲੀ ਸੁਹਲੀ ਕਿੱਥੇ ਮੰਮੀ ਇਹੀ ਜਿਹੀਆਂ ਗੱਲਾਂ ਨਾ ਕਰ ਮੈਨੂੰ ਸੰਗ ਲੱਗਦੀ ਆ ਇੱਥੇ ਸੰਗ ਵਾਲੀ ਕਿਹੜੀ ਗੱਲ ਆ ਪੜ੍ਹੇ ਲਿਖਿਆ ਨੂੰ ਤਾਂ ਸਾਰਾ ਪਤਾ ਹੁੰਦਾ ਸੰਗ ਵਾਲੀ ਵਾ ਮੰਮੀ ਮੈਨੂੰ ਇਹੀ ਗੱਲਾਂ ਤਾਂ ਸੰਗ ਲੱਗਦੇ ਮੈਂ ਕਦੇ ਇਹੀ ਗੱਲਾਂ ਚ ਆਇਆ ਨਹੀਂ ਹੈਗਾ ਅੱਛਾ ਚੱਲ ਫਿਰ ਐਂ ਕਰੀ ਜਦੋਂ ਵਿਆਹ ਵਿਊ ਦਾ ਕੋਈ ਪ੍ਰੋਗਰਾਮ ਹੋਇਆ ਮੈਨੂੰ ਦੱਸ ਦੀ ਮੈਂ ਤੇਰਾ ਰਿਸ਼ਤਾ ਕਰਵਾ ਦੂੰਗੀ ਕੋਈ ਨਾ ਮੰਮੀ ਜ਼ਰੂਰ ਦੱਸੂਗਾ ਜਦੋਂ ਹੋ ਗਿਆ ਤੇਰੇ ਲਵੇ ਕੀ ਲੁੱਕਾ ਅੱਛਾ ਰੱਖੀ ਵੀ ਨਾ ਜਮੀ ਵੀ ਨਹੀਂ ਰੱਖਦਾ ਹੈਗਾ ਚੱਲ ਮੰਮੀ ਮੈਂ ਮੋਟਰਸਾਈਕਲ ਅੰਦਰ ਲਾਣਾ ਜਿਹੜਾ ਕੁਛ ਤੈਨੂੰ ਵਧੀਆ ਲੱਗਦਾ ਉਹੀ ਲਿਆਦੀ ਮੈਂ ਤਾਂ ਉਹੀ ਖਾ ਲੂ ਚੱਲ ਠੀਕ ਆ ਮੰਮੀ ਫਿਰ ਮੈਂ ਚੱਲਿਆ ਆਥਣੇ ਲੈ ਕੇ ਆਉਂਗਾ ਠੀਕ ਆ ਲੈ ਆਈ ਲੈ ਸਰੀਰ ਤਾਂ ਬਹੁਤ ਵਧੀਆ ਬਣਾ ਰੱਖਿਆ ਜਿਮ ਜੂਮ ਲਾਉਂਦਾ ਖਾਸਾ ਸ਼ਕੀਨ ਲੱਗਦਾ ਸਾਰਾ ਰੋਜ਼ ਦਾ ਕੰਮ ਹੋ ਰਿਹਾ ਮੈਂ ਦੇਖਦਾ ਅੱਜ ਇਹਨੂੰ ਠੀਕ ਨਾ ਪੱਖਾ ਲੈਣਾ ਕੋਈ ਪ੍ਰੂਫ ਲੈਣਾ ਪੱਖਾ ਇਹਦੇ ਕੋਲ ਬਦਲੀ ਹੋਈ ਨਾਲ ਦੇ ਪਿੰਡ ਪੰਜ ਚਾਰ ਦਿਨ ਰਹੂਗਾ ਉਹ ਖੇਤ ਬਗ ਜਾਂਦੇ ਨੇ ਤੁਹਾਨੂੰ ਪਤਾ ਇਹ ਡਿਊਟੀ ਬਗ ਜਾ ਕਰੂਗਾ ਉਹਨੇ ਤੂੰ ਖੇਤ ਦੇ ਦਵਾਲੇ ਕਰ ਰੱਖਿਆ ਹੈਗਾ ਗੁੱਜਰ ਸਰਦਾਰ ਹੁੰਦਾ ਉਹ ਤਾਂ ਆਪ ਹੀ ਖੇਤ ਬਗ ਜਾਂਦਾ ਤਾਂ ਕਹਿਣ ਦੀ ਲੋੜ ਹੀ ਨਹੀਂ ਅੱਛਾ ਘਰੇ ਲੜਦੀ ਹੋਵੇਗੀ ਤੂੰ ਲੜਦੀ ਕਿੱਥੇ ਆ ਜਦੋਂ ਆਪ ਨਹੀਂ ਪਿਆਰ ਨਾਲ ਬੋਲਦਾ ਫਿਰ ਮੈਨੂੰ ਵੀ ਗੁੱਸਾ ਆ ਜਾਂਦਾ ਅੱਛਾ ਸਾਰਾ ਦਿਨ ਟੁੱਟ ਟੁੱਟ ਪੈਂਦਾ ਰਹਿੰਦਾ ਚਲੋ ਤਾਂ ਮੈਂ ਲੈਣਾ ਵੀ ਮੇਰਾ ਨਾ ਜੀ ਆਏਗਾ ਨਾ ਕਿਸੇ ਦਾ ਅੱਛਾ ਪੱਕੀ ਗੱਲ ਆ ਨਿਮੇੜ ਲਿਆ ਕੰਮ 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 ਸਾਰੇ ਨਿਕਲ ਗਏ ਅੱਛਾ Thank you.
ਝੜ ਦੂੰ ਕੋਕੇ ਦੇ ਤੇ ਚੱਲ ਕਰ ਦੀ ਪੈਸੇ ਮੇਰੇ ਤੋਂ ਲੁਕੋ ਰੱਖਦਾ ਤੂੰ ਦੱਸੀ ਆ ਗੱਲ ਕਿਤੇ ਮੇਰੇ ਨਾਲ ਤੈਨੂੰ ਦੇਖ ਲੈ ਕੋਈ ਗੱਲ ਨੀ ਲਗਾਉਂਦਾ ਤੇਰੇ ਤੋਂ ਮੈਂ ਤੈਨੂੰ ਤਾਂ ਹੀ ਗੱਲ ਨਹੀਂ ਦੱਸੇਗੀ ਭੈਣ ਦੇ ਯਾਰ ਮੈਨੂੰ ਪਤਾ ਤੇਰਾ ਵੀ ਹੈ ਨਹੀਂ ਤੂੰ ਚੱਜ ਦਾ ਪਤਾ ਫਿਰ ਰੋਜ਼ ਦਾ ਕਿੱਤਾ ਹੋ ਗਿਆ ਤੇਰਾ ਯਾਰ ਤੂੰ ਸਾਨੂੰ ਵੀਡੀਓ ਡਿਲੀਟ ਕਰ ਐਂ ਕਿਵੇਂ ਡਿਲੀਟ ਕਰਦਾ ਯਾਰ ਮੈਂ ਥਾਪੜੇ ਖਾਇਆ ਮੈਨੂੰ ਐਂ ਕਿਵੇਂ ਥਾਪੜੇ ਖਾਏਗਾ ਯਾਰ ਹੋਰ ਰੋਜ਼ ਦਾ ਕਿੱਤਾ ਹੋ ਗਿਆ ਤੇਰਾ ਇਹ ਮੈਂ ਤਾਂ ਯਾਰ ਜਾਊਂਗਾ ਹਟਾ ਲੇਗਾ ਹਟਾ ਲਊਂਗਾ ਮੈਂ ਐਂ ਕਿਵੇਂ ਮੈਂ ਤਾਂ ਬੰਬਰ ਨੂੰ ਦਿਖਾਊਂਗਾ ਇਹ ਵੀਡੀਓ ਬੰਬਰ ਨੂੰ ਦਿਖਾਊਂਗਾ ਅੱਜ ਜਾ ਕੇ ਹਨਾ ਉਹ ਥਾਪੜੇ ਖਾਣਾ ਨਹੀਂ ਦੋ ਦਿਨ ਟਾਈਮ ਆ ਤੈਨੂੰ ਠੀਕ ਹੈ ਨਾ ਕੀ ਟਾਈਮ ਆ ਬਸ ਯਾਰ ਟਾਈਮ ਦੇਤਾ ਦੋ ਦਿਨਾਂ ਦਾ ਠੀਕ ਆ ਮੈਨੂੰ ਪੈਸੇ ਦੀ ਲੋੜ ਹੈ ਠੀਕ ਆ 1,00,000 ਰੁਪਈਆ ਦੋ ਦਿਨਾਂ ਨੂੰ ਮੇਰੇ ਅਕਾਊਂਟ 'ਚ ਪਵਾ ਦੇ ਠੀਕ ਆ ਉਹੀ ਕਰਦੀ ਨਾ ਨਸ਼ੇੜੀ ਵਾਲੀ ਗੱਲ ਨਸ਼ੇੜੀਆਂ ਵਾਲੀ ਗੱਲ ਕਾਹਦੀ ਯਾਰ ਜਦੋਂ ਨਸ਼ੇ ਵਾਸਤੇ ਮੰਗਦਾ ਵਾ ਤੂੰ ਮੇਰੇ ਤੋਂ ਪੈਸੇ ਉਹ ਨਸ਼ੇ ਕੁਛ ਮਰਜ਼ੀ ਕਰਨਾ ਠੀਕ ਆ ਕੁਛ ਮਰਜ਼ੀ ਕਰਨਾ ਮੈਂ ਠੀਕ ਆ ਮੈਨੂੰ ਉਮੀਦ ਨਹੀਂ ਹੈਗੀ ਸੀ ਤੇਰੇ ਤੋਂ ਆਹ ਬਸ ਯਾਰ ਤੂੰ ਦੋ ਦਿਨਾਂ ਨੂੰ 1,00,000 ਰੁਪਈਆ ਮੇਰੇ ਅਕਾਊਂਟ 'ਚ ਪਾਉਂਦਾ 1,00,000 ਫੁੱਲਾਂ 'ਤੇ ਲੱਗਦਾ ਉਹ ਫੁੱਲਾਂ 'ਤੇ ਲੱਗੇ ਚਾਹੇ ਨਾ ਲੱਗੇ ਠੀਕ ਆ ਮੈਂ ਦੋ ਦਿਨਾਂ ਨੂੰ ਪਵਾ ਦੀਆਂ ਠੀਕ ਆ ਦੇਖ 1,00,000 ਰੁਪਈਏ ਤਾਂ ਬਹੁਤ ਜ਼ਿਆਦਾ ਆ ਕਰਨਾ ਦੇਖ ਲੈ ਮੈਂ ਤੈਨੂੰ 1,00,000 ਰੁਪਈਆ ਆਖਿਆ ਸੀ ਠੀਕ ਹੈ ਉਹ 1,00,000 ਫੁੱਲਾਂ ਯਾਰ ਮਰੂਦਾਂ ਤੇ ਨਹੀਂ ਲੱਗਦਾ ਹੈਗਾ ਫੁੱਲਾਂ ਝਾੜੀਆਂ ਤੇ ਨਾ ਲੱਗਦਾ ਹੋਵੇ ਠੀਕ ਹੈ ਤੇ ਮੇਰੀ ਗੱਲ ਸੁਣ ਲੈ ਠੀਕ ਹੈ 60,000 ਰੁਪਈਆ ਆਪਦਾ ਕਰਕੇ ਕਹਿੰਦਾ ਤੈਨੂੰ ਠੀਕ ਆ ਕਰਨੀ ਪਊਗਾ ਹੀਲਾ ਨਹੀਂ ਤਾਂ ਬੰਬਰ ਨੂੰ ਦਿਖਾ ਦੇਣਾ ਮੇਰਾ ਪਿੰਡ ਚ ਰਹਿਣਾ ਵੀ ਹਰਾਮ ਕਰ ਦੂਗਾ ਯਾਰ ਹੈਗਾ ਭੈਣ ਥੋੜ੍ਹਾ ਜਿਹਾ ਉੱਧਰ ਲਾ ਦਾਂਗੇ ਗਾਜਰਾਂ ਨਾਲੇ ਬੀਜ ਦਾਂਗੇ ਅੱਜ ਤੋੜੀਏ ਆ ਪਰ ਸਾਗ ਹੋ ਜੂਗਾ ਸਾਗ ਮੁੱਲ ਲਾਵਾਂਗੇ ਪਿਛਲੀ ਵਾਰ ਸਾਗ ਮੁੱਲ ਨਹੀਂ ਲਾਏ ਹੋਰ ਚਾਚਾ ਕਿਵੇਂ ਆ ਉਹ ਕਿਹੜਾ ਚਾਚੇ ਵਾਲਾ ਓਹੋ ਹੋਰ ਸਿਰਾ ਠੀਕ ਆ ਚਾਚਾ ਤੂੰ ਸੁਣਾ ਚੱਟ ਲਵਾਉਣਾ ਹੈਗਾ ਫਿਰ ਚਾਚੇ ਨਾਲ ਦੇਖ ਕੇ ਚੱਟ ਤਾਂ ਲਵਾ ਦਿੰਦੇ ਹੋਰ ਧੁੱਪੀ ਲੱਗਿਆ ਰਹਿਣਾ ਚਾਹੀਦਾ ਹੋਰ ਕੀ ਕਰੀਏ ਇੰਨੀ ਗਰਮੀਆਂ ਦਮ ਦਮ ਲੈ ਲਿਆ ਕਰ ਮਾੜਾ ਮੋਟਾ ਉਹ ਦਮ ਤੇਰੇ ਵਰਗੇ ਆ ਕੇ ਦਬਾ ਦਿੰਦੇ ਨੇ ਹੁਣ ਨੂੰ ਤਾਂ ਨਹੀਂ ਗੁੱਟ ਦਿੰਦੇ ਬਹਿ ਜਾ ਬਸ ਬੈਠਾ ਓਹੋ ਹੋਰ ਸੁਣਾ ਫਿਰ ਘਰੇ ਸਾਰੇ ਠੀਕ ਨੇ ਠੀਕ ਹੈ ਚਾਚਾ ਬਸ ਅੱਛਾ ਹੋਰ ਸੁਣਾ ਕਰਾਂ ਬਸ ਕੁਛ ਨਹੀਂ ਆ ਰਹਿ ਗਿਆ ਗੁੱਡਣ ਜਿਹੜਾ ਜਿਹਨੂੰ ਆਉਂਦਾ ਤੂੰ ਹੁਣ ਤਾਂ ਮੈਂ ਗੁੱਟ ਦਿੰਦਾ ਉਹ ਗੁੱਟ ਦੇਗਾ ਚਾਚਾ ਘਰੇ ਵੀ ਚਾਚੀ ਇਕੱਲੀ ਹੁੰਦੀ ਆ ਮਾੜਾ ਮੋਟਾ ਘਰੇ ਵਗ ਜਾ ਕਰ ਉਹ ਘਰੇ ਕਿਹੜਾ ਨੂੰ ਯਾਰ ਡਿੱਡਾਂ ਪੈਂਦੀਆਂ ਨੇ ਇਕੱਲੀ ਨੂੰ ਹੈ ਜੇ ਤਾਂ ਘਰੇ ਰਹਿਣ ਲੱਗ ਗਏ ਫਿਰ ਨਹੀਂ ਖੇਤ ਦੇ ਕੰਮ ਹੁੰਦੇ ਹੈਗੇ ਖੇਤਾਂ ਜਾ ਕੇ ਕੁਛ ਬਣਦਾ ਹੁੰਦਾ ਭਤੀਜਾ ਇਹ ਤਾਂ ਗੱਲ ਹੈਗੀ ਆ ਚਾਚਾ ਤੇਰੀ ਤੇਰੇ ਵਰਗੇ ਪਾ ਕੇ ਪੈਂਟ ਟੀ ਸ਼ਰਟ ਫਿਰੀ ਜਾਂਦੇ ਨੇ ਗੇ ਕੰਮ ਕੋਈ ਕਰਦੇ ਨੀ ਹੈਗੇ ਤੇਰਾ ਬੜਾ ਖਪਦਾ ਫਿਰਦਾ ਉਹਦੇ ਨਾਲ ਕੰਮ ਕਰਾ ਰਿਹਾ ਕਰ ਚਾਚਾ ਮੈਂ ਤਾਂ ਕੰਮ ਹੀ ਕਰਾਉਣ ਜਾਂਦਾ ਸੀ ਖੇਤ ਜਾਂਦਾ ਸੀ ਮੈਂ ਜਾਂਦਾ ਜਾਂਦਾ ਚਾਚੇ ਕੋਲੇ ਗੇੜਾ ਮਾਰ ਜੇ 2 ਮਿੰਟ ਗੱਲਾਂ ਕਰ ਲਾਂਗੇ ਉਹ ਗੇੜੇ ਕਰਾਉਣੇ ਤੁਸੀਂ ਕੰਮ ਅੱਜ ਕੱਲ ਦੇ ਸ਼ੋਰ ਜੇ ਹੈ ਉਹ ਚਾਚਾ ਨਾਲੇ ਮੈਂ ਕਹਿੰਦਾ ਸੀ ਹਨਾ ਦੱਸ ਦਿਨੇ ਹਨਾ ਚੋਰ ਚਾਲ ਬਾਏ ਆਉਂਦੇ ਅੱਜ ਕੱਲ ਘਰੇ ਗੇੜਾ ਮਾਰਿਆ ਕਰ ਘਰੇ ਯਾਰ ਚੋਰ ਪੈਂਟ ਕਿਹੜਾ ਚੋਰ ਆ ਗਿਆ ਮੈਨੂੰ ਤਾਂ ਕਦੇ ਅੱਜ ਤੱਕ ਫੜਿਆ ਨਹੀਂ ਗਿਆ ਉਹ ਚੱਲ ਤੂੰ ਗੇੜਾ ਤਾਂ ਮਾਰਿਆ ਕਰ ਘਰੇ ਚਾਚਾ ਚਾਚੀ ਇਕੱਲੀ ਹੁੰਦੀ ਆ ਖੇਤਾਂ 'ਚ ਘਰ ਆਪਣਾ ਭੈਣ 'ਚ ਬੁੜੀਆਂ ਤੈਨੂੰ ਪਤਾ ਘਰੇ ਬੈਠਿਆਂ ਦਿਮਾਗ ਖਾ ਜਾਂਦੇ ਮੇਰਾ ਚੱਲ ਠੀਕ ਆ ਚਾਚਾ ਚੱਲਦਾ ਮੈਂ ਫਿਰ ਬਾਈ ਆ ਬਸ ਕੀ ਕਰਦਾ ਸੀ ਮੈਂ ਬਸ ਕੋਈ ਗੱਲ ਨਹੀਂ ਚਾਹ ਤਾਂ ਜਾ ਕੇ ਪੀਣਾਗਾ ਅੱਛਾ ਹੋਰ ਪਾਪੇ ਨਾਲ ਕਰਾਉਣਾ ਕੰਮ ਜਾ ਕੇ ਚਾਹ ਕਰਾ ਦੇ ਕਰ ਉਹਦੇ ਨਾਲ ਵਿਚਾਰਾ ਇਕੱਲਾ ਖਾਪਦਾ ਰਹਿੰਦਾ ਹੈਗਾ ਮੇਰੇ ਸਾਰੇ ਤੁਹਾਡੇ ਖਾਤਰ ਉਹਨੇ ਹੱਡ ਗਾਲੇ ਨੇ ਹੁਣ ਤੱਕ ਵੀ ਹੈ ਨਹੀਂ ਬਾਈ ਜਵਾਕ ਜੇ ਕੰਮ ਦੀ ਭਾਵੇਂ ਤਾਂ ਕਹਿੰਦਾ ਘਰੇ ਬਹਿ ਘਰੇ ਖੇਡਾ ਚੋਰ ਨਾ ਤਾਂ ਕਦੇ ਪਿੰਡ 'ਚ ਸੁਣਿਆ ਕਿਸੇ ਦੀ ਚੋਰੀ ਹੋ ਗਈ ਨਾ ਭੈਣ ਕੋਈ ਗੱਲ ਪਤਾ ਸੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਜਿਹੋ ਜਿਹੀ ਕੋਈ ਗੱਲ ਆਉਂਦੀ ਫਿਰ ਮੈਂ ਆਪੇ ਗੌਰ ਰੱਖਦਾ
ਚਲੋ ਊਂ ਹੀ ਕਹੇਗਾ ਊ ਜਵਾਕ ਜਾ ਚਾਚੀ ਦਾ ਬਾਹਲਾ ਮੂੰਹ ਕਰਦਾ ਵੇਖ ਕੇ ਵੀ ਘਰੇ ਵਗ ਜਾ ਕਰ ਕਿਤੇ ਉਹਨੇ ਤਾਂ ਨਹੀਂ ਕਹਿਤਾ ਮੇਰੇ ਸਾਲੇ ਜੀ ਨੇ ਹਾਂ ਉਹ ਤਾਂ ਇਹ ਤਾਂ ਆਪਣੇ ਘਰੇ ਛੇਤੀ ਸੰਗਦਾ ਜਾਂਦੀ ਨਹੀਂ ਹੈਗਾ ਤਾਂ ਗੇਟ 'ਚ ਮੁੜਿਆ ਆਉਂਦਾ ਤਾਂ ਮੇਰੇ ਸਾਲੇ ਦਾ ਇਹ ਹੈਗਾ ਮੈਨੂੰ ਪਤਾ ਸੀ ਵੀ ਕੰਮ ਨਹੀਂ ਬਣਨਾ ਹੈਗਾ ਹੁਣ ਅੱਧ ਜਾ ਜੀਏ ਨਹੀਂ ਕਰਦਾ ਚੱਲ ਭੈਣ ਚ ਭੁੱਖ ਵੀ ਬਹੁਤ ਲੱਗ ਰਹੀ ਤੜਕੇ ਲੱਗ ਰਹੇ ਤਾਂ ਕਹਣਾ ਖਪਦੇ ਊਂ ਹੀ ਖੱਪੀ ਜਾਂਦਾ ਭੈਣ 'ਚ ਕਿਹਦੇ ਪਿੱਛੇ ਖਪਦੇ ਯਾਰ ਜਾ ਕੇ ਨਾਲ ਤਾਂ ਨਹਾਉਣ ਇਹਨਾਂ ਰੋਟੀ ਖਾਣਾ ਇੰਨਾ ਗੁੱਟਦਾ ਇਹ 'ਚ ਲਾ ਦਾਂਗੇ ਲੈ ਪੱਲੇ 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 ਕੱਲ ਨੂੰ ਦੇਖਾਂਗੇ ਕੱਲ ਨੂੰ ਤੜਕੀ ਲਾਉਂ ਸੁਨੇ ਹੈ ਝੱਟ ਖੋਲਦੇ ਗੇਟ ਬਹਿ ਲਾ ਕੇ ਗੇਟ ਖੋਲ ਦਿੰਦੀ ਆ ਹੁਣ ਪਹੁੰਚਦੀ ਆ ਪਹੁੰਚੂਗੀ ਕਿਹੜੀ ਗਰਮੀਆਂ ਮੈਂ ਧੁੱਪੋਂ ਮਰ ਕੇ ਆਇਆ ਮੇਰਾ ਉੱਥੇ ਰੋਟੀ ਲੈ ਕੇ ਮਰ ਜਾਂਦੀ ਲੈ ਇੰਨੀ ਗਰਮੀ ਚ ਮੈਂ ਕਿਵੇਂ ਜਾਂਦੀ ਦੱਸ ਆਹੋ ਕਿਹੜਾ ਗਰਮ ਹੁਣ ਤੈਨੂੰ ਪੇਕਿਆਂ ਨੂੰ ਚਾੜਦੇ ਹੁਣ ਚੜ ਜਾਏਗੀ ਮੇਰੇ ਸਾਲੇ ਦੀ ਤੂੰ ਥੋੜੂ ਕੜਾ ਕਰਦੇ ਹੁੰਦੇ ਨੇ ਜਮੀ ਪਹਿਲਾਂ ਇੰਨਾ ਪਾਤਾ ਮਿੱਠਾ ਹੁਣ ਪੈ ਗਿਆ ਸਾਰੇ ਕਹਿਣ ਉੱਥੇ ਵੀ ਇੰਨਾ ਮਿੱਠਾ ਪਾ ਦੇ ਜਮੀ ਲੱਖਣ ਹੀ ਹੈਗਾ ਰੋਟੀ ਲੈ ਕੇ ਭੁੱਖ ਲੱਗ ਰਿਹਾ ਰੋਟੀ ਤਾਂ ਬਣਾ ਲਈ ਹੋਊਗੀ ਰੋਟੀ ਬਣੀ ਪਈ ਆ ਬਣੀ ਪਈ ਆ ਹੁਣ ਦੱਸ ਮੈਂ ਠੰਡੇ ਬਣਨਾ ਨਾ ਵਾ ਰੋਟੀ ਫੂਕਦੇ ਪਹਿਲਾਂ ਭੁੱਖ ਲੱਗ ਗਈ ਰੋਟੀ ਖਾ ਲਾ ਮੇਰੇ ਸਾਲੀ ਲੈ ਆ ਤਾਂ ਮੈਂ ਵੀ ਨੀ ਚਾਹੁੰਦੀ ਵੀ ਤੂੰ ਬਿਮਾਰ ਹੋਵੇ ਘਰੇ ਰਹੇ ਤਾਂ ਬਾਹਰ ਹੀ ਨਿਕਲਿਆ ਚੰਗਾ ਮਾਮੀ ਮਾਮਾ ਵਗ ਗਿਆ ਖੇਤ ਨੂੰ ਹਾਂ ਉਹਦਾ ਸਵੇਰੇ ਵਗ ਜਾਂਦੇ ਨੇ ਖੇਤਾਂ ਵੰਨੀ ਚੱਲ ਮੈਂ ਵੀ ਜਾਣਾ ਠੀਕ ਆ ਮਾਮੀ ਕਿਵੇਂ ਤਾਂ ਅੱਜ ਬੈਠੀ ਆ ਕੀ ਹੋ ਗਿਆ ਮਾਮੀ ਕਿਵੇਂ ਤਾਂ ਅੱਜ ਬੈਠੀ ਆ ਨਾ ਨਾ ਕਾਨੂੰ ਹੀ ਲੱਗਦਾ ਤੈਨੂੰ ਨਹੀਂ ਮਾਮੀ ਤਾਂ ਅੱਜ ਬੈਠੀ ਆ ਕਾਨੂੰ ਉਹ ਹੀ ਲੱਗਦਾ ਜੇ ਕੋਈ ਗੱਲ ਆ ਤਾਂ ਦੱਸ ਦੇ ਲੁਕਾਉਣੀ ਕਦੋਂ ਆ ਨਾ ਨਾ ਕੋਈ ਗੱਲ ਨਹੀਂ ਹੈਗੀ ਨਾ ਨਾ ਮਾਮੀ ਕੋਈ ਨਾ ਕੋਈ ਗੱਲ ਤਾਂ ਹੈਗੀ ਆ ਤੂੰ ਟੈਨਸ਼ਨ 'ਚ ਬੈਠੀ ਆ ਮੈਨੂੰ ਲੱਗਦਾ ਨਹੀਂ ਤੈਨੂੰ ਐਵੇਂ ਲੱਗਦਾ ਨਹੀਂ ਮਾਮੀ ਮੈਂ ਤੇਰਾ ਆਪਦਾ ਜੇ ਕੋਈ ਗੱਲ ਹੈਗੀ ਤਾਂ ਦੱਸ ਦੇ ਮੈਂ ਕੀ ਦੱਸਾਂ ਮੈਨੂੰ ਤਾਂ ਪੈਸਿਆਂ ਦੀ ਲੋੜ ਸੀ ਤੈਨੂੰ ਕੀ ਲੋੜ ਪੈ ਗਈ ਪੈਸਿਆਂ ਦੀ ਬੇ 100 ਲੋੜ ਹੁੰਦੀ ਆ ਆ ਤੇਰਾ ਮਾਮਾ ਤਾਂ ਐਡਾ ਕੰਜੂਸ ਆ ਪੰਜੀ ਨਹੀਂ ਕੱਢ ਕੇ ਦਿੰਦਾ ਪਤਾ ਨਹੀਂ ਕਿ ਇੰਨੇ ਪੈਸੇ ਹਿੱਕ ਤੇ ਲੈ ਕੇ ਮਰੂਗਾ ਇਹ ਕੀ ਲੋੜ ਆ ਮਾਮੀ ਤੈਨੂੰ ਪੈਸਿਆਂ ਦੀ ਫਿਰ ਵੀ ਬੇ 100 ਚੀਜ਼ ਲਿਆਉਣੀ ਹੁੰਦੀ ਆ ਅੱਛਾ ਹੋਰ ਫਿਰ ਹੁਣ ਕਿੰਨੇ ਕ ਪੈਸੇ ਚਾਹੀਦੇ ਨੇ ਤੈਨੂੰ ਬੇ ਮੈਨੂੰ ਤਾਂ 20,000 ਦੀ ਲੋੜ ਹੈ ਅੱਛਾ ਹੋਰ 20,000 ਦਾ ਹਿੱਲਾ ਤਾਂ ਨਹੀਂ ਹੋਣਾ ਹੈਗਾ 10,000 ਕਰ ਦੂੰਗਾ ਚੱਲ ਇੰਨਾ ਕ ਕਰ ਦੇ ਪਰ ਮੈਨੂੰ ਦੇ ਨਹੀਂ ਫਿਰ ਲੋੜ ਆ ਕੋਈ ਨਾ ਲੈ ਲਈ ਤੂੰ ਥੋੜੇ ਦਿਨਾਂ ਤੱਕ ਹਾਂ ਵਾਪਸ ਕਰ ਦੇ ਨਾ ਤੇਰੇ ਮਾਮੇ ਨੂੰ ਨਾ ਦੱਸੀ ਐਵੇਂ ਸਾਡੀ ਤਾਂ ਪਹਿਲੇ ਨਹੀਂ ਬਣਦੀ ਹੋਰ ਕਲੇਸ਼ ਕਰੂਗਾ ਮੇਰੇ ਨਾਲ ਅੱਛਾ ਲੈ ਲੈ ਗਿਣ ਲਈ ਮਾਮੀ ਇਹਨਾਂ ਨੂੰ ਕੋਈ ਨਾ ਲੈ ਜੇ ਤੂੰ ਦਿੱਤੇ ਫਿਰ ਵੀ ਗਿਣਨ ਦੀ ਲੋੜ ਆ ਨਹੀਂ ਗਿਣਾ ਹੱਥ ਮਾਰੇ ਚੰਗਾ ਹੁੰਦਾ ਕੋਈ ਨਾ ਚੱਲ ਚੰਗਾ ਦੱਸੀ ਨਾ ਫਿਰ ਤੇਰੇ ਮਾਮੇ ਨੂੰ ਨਹੀਂ ਦੱਸਦਾ ਮਾਮੀ ਠੀਕ ਆ ਚੰਗਾ ਠੀਕ ਆ ਲੈ 10,000 ਤਾਂ ਹੋ ਗਿਆ ਉਹ ਵੀ ਕਿੰਨੇ ਦਿਨਾਂ ਦਾ ਕਹਿੰਦਾ ਸੀ ਪੈਸੇ ਦੇ ਦੇ ਪੈਸੇ ਦੇ ਦੇ ਉਹਨੂੰ ਦਊਂਗੀ ਚੱਲ ਗਿਣਤੀ ਅੰਦਰ ਜਾ ਓਹੋ ਕਿਵੇਂ ਅੱਜ ਖੁਸ਼ ਲੱਗ ਰਹੀ ਹੈਗੀ ਮੈਂ ਤੈਨੂੰ ਦੇਖ ਕੇ ਹੋ ਜਾਂਦੀ ਆ ਅੱਛਾ ਜਾਣਾ ਹੋਰ ਕੰਮ ਕੰਮ ਨਿਬੜ ਲੈ ਨਿਬੜ ਗਏ ਜੇ ਨਿਬੜਿਆ ਤਾਂ ਹੀ ਇੱਥੇ ਬੈਠੀ ਆ ਜਿਹੜਾ ਤੈਨੂੰ ਕੰਮ ਗਿਆ ਤੀ ਉਹ ਕਰਿਆ ਕਿ ਨਾ ਤੇਰਾ ਕੰਮ ਹੋਵੇ ਤੇ ਮੈਂ ਨਾ ਕਰਾਂ ਲੈ ਫਿਰ ਕਰਾ ਦਰਸ਼ਨਾ ਲੈ ਮੇਰੇ ਨਾਲ ਜਾਂਦੀ ਤੈਨੂੰ ਇਹਦੇ ਦਰਸ਼ਨ ਜ਼ਰੂਰੀ ਹੋ ਗਏ ਉਹ ਤੈਨੂੰ ਕਿਹਾ ਤਾਂ ਹੈਗਾ ਤੀ ਯਾਰ ਮੈਨੂੰ ਲੋੜ ਆ ਪੈਸਿਆਂ ਦੀ ਨਹੀਂ ਮੈਂ ਤੇਤੋਂ ਕਿੱਥੇ ਮੰਗਣੇ ਤੇ ਲੋੜ ਤਾਂ ਹੈਗੀ ਆ ਚੱਲ ਮੈਂ ਕਹਿੰਦੀ ਸੀ
कुछ तुसी ले लो, थोड़े जे मेनू दे जो, मेनू भी लोड़ सी। ओ नहीं नहीं, मेनू लोड़ आ यार पैसों की, ठीक आ। वो मैं मंगता नहीं गा तेरे तो, पता लग गया भी तू मैं किन्ना प्यार कर दी है। प्यार तो मैं तेन कर दी हाँ, जो प्यार कर दी तो तेरे लिए इन्ना किता। वैसे इन्ने पैसों का हीला कितों करे तेने? लै तेरे लिए तो मैं जितो मर्जी ले आवा। अच्छा मेरे लिए उपरों तोड़ ली? उपरों ही तोड़ ली, मैं उपर देख लग रही है। लै समझ लो उपरों ही तोड़ ली। मैं तो लगता वो बुजड़ सरदार तो ले होने, होर का कौन दू तेन पैसे? वो कितने दिता पैसे? लै होर उसे तो ले होने, की बहाना ला के लेने पैसे? ਲੈ ਮੈਂ ਕਿਹਾ ਸੀ, ਮੈਂ ਕਿਹਾ ਮੈਨੂੰ 100 ਲੋੜ ਪੈਂਦੀ ਆ। ਅੱਛਾ ਉਹਨਾਂ ਨੇ ਉਹ ਪੈਸੇ ਦੇ ਕੇ ਕਿੱਥੇ ਰਾਜੀ ਹੈ? ਇਹ ਤਾਂ ਉਹ ਜਿਹੜਾ ਦੋਤਾ ਆਇਆ ਹੋਇਆ ਉਹ ਤੋਂ ਲਏ ਨੇ, ਉਹ ਕਹਿੰਦਾ ਚੱਲ ਮੰਮੀ ਦਾਰੇ ਲਾ ਲਾ ਫਿਰ ਮੋੜਦੀ, ਆਪਾਂ ਥੋੜੀ ਮੋੜਨੇ ਆ। ਇਹਦਾ ਗੱਲ ਹੈਗੀ ਆ, ਦੋਤਾ ਕੰਮ ਆ ਗਿਆ ਹਨਾ। ਚਲੋ ਉਹਨੇ ਤਾਂ ਐਂ ਦਿੱਤੇ ਮੰਮੀ ਨੂੰ ਲੋੜ ਹੋਊਗੀ, ਉਹਨੂੰ ਐਂ ਨਹੀਂ ਨਾ ਪਤਾ ਮੰਮੀ ਨੂੰ ਲੋੜ ਕਿੱਥੇ ਆ। ਇਹਦਾ ਹੈਗਾ ਤੁਹਾਡੀ ਉਹ ਭੈਣ ਨੂੰ ਮਾਮੀਆਂ ਕਿਹਨੂੰ ਬਿਠਾਈ ਬੈਠੀ ਆ, ਬੜੀ ਚਲਾਕ ਲਿਖੜੀ, ਮੇਰੇ ਪੈਸਿਆਂ 'ਤੇ ਕਿਹਨੂੰ ਐਸ਼ ਕਰਾ ਰਹੀ ਆ? ਤਾਂ ਹੀ ਤਾਂ ਮਾਮਾ ਹਾਲੇ ਤੱਕ ਘਰ ਨਹੀਂ ਪੱਕਾ ਕਰਾ ਸਕਿਆ, ਲੋਕਾਂ ਨੂੰ ਪੈਸੇ ਖਵਾਉਂਦੀ ਆ। ਮਾਮੇ ਦੀ ਗੱਲ ਸੱਚੀ ਆ, ਇਹ ਤਾਂ ਬਈ ਬੜੀ ਖਰਾਬ ਆ, ਇਹਨੇ ਤਾਂ ਮੈਨੂੰ ਨਹੀਂ ਬਖਸ਼ਿਆ ਹੈਗਾ, ਆਪਦੇ ਘਰ ਵਾਲੇ ਨੂੰ ਕਿੱਥੇ ਬਖਸ਼ਦੀ ਹੋਊਗੀ? ਬੜੀ ਖਰਾਬ ਆ, ਸਾਰੇ ਪੈਸੇ ਖਾ ਗਈ। ਹੱਕ ਤੂੰ ਬਾਲ ਲਿਆ ਹੈ, ਹੋਰ ਸੋਹਣਾ ਨਾ? ਹਾਂ ਹਾਂ ਜੀ ਲੱਗਿਆ ਰਹੇ ਤੇਰਾ, ਲਿਆ ਰਹੇ ਕਿਸੇ ਨੂੰ? ਹਾਂ ਹਾਂ ਹਜੇ ਤਾਂ ਕੱਲ੍ਹ ਹੀ ਲੈ ਕੇ ਆਏ ਹਾਂ। ਅਤੇ ਗੱਲ ਸੁਣ, ਪੈਸੇ ਪੂਰੇ ਨੇ? ਲੈ ਪੂਰੇ ਨੇ, ਹੁਣ ਦੱਸ ਤੈਨੂੰ ਮੇਰੇ 'ਤੇ ਤਵਾਰੀ ਨਹੀਂ ਹੈਗੀ? ਤਵਾਰੀ ਤਾਂ ਹੈਗੀ ਹੈਗੀ, ਫਿਰ ਜਮੀ ਤਵਾਰੀ ਚੱਕ ਦਿੰਦੇ ਹੋ? ਮਾਮੀ ਤੋਂ ਜਾ ਕੇ ਪੁੱਛਦੇ ਹਾਂ ਕੀ ਗੱਲ ਆ। ਮਾਮੀ